ਭਾਅ ਜੀ 1:45 'ਤੇ ਦੋ ਬੰਦੇ ਆਏ ਜੋ ਕੈਮਰੇ ਦੇ ਸਾਹਮਣੇ ਆਏ ਆ, ਉਹਨਾਂ ਆ ਕੇ ਪਹਿਲਾਂ ਮੇਨ ਗੇਟ ਦਾ ਤਾਲਾ ਤੋੜਿਆ, ਜਦੋਂ ਤਾਲਾ ਸਬਲ ਜੀ ਨੇ ਦੱਬ ਦੇ ਕੇ ਤੋੜਿਆ ਤਾਂ ਕੁੰਡਾ ਡਿੰਗਾ ਹੋ ਗਿਆ, ਇਹ ਨਾ ਕੋਈ ਕੁੰਡਾ ਪੁੱਟਿਆ ਨਹੀਂ ਗਿਆ। ਫਿਰ ਆ ਕੇ ਹਾਲ ਦਾ ਤੋੜਿਆ ਥੱਲੋਂ ਹਾਲ ਪਿਛਾ, ਇਧਰ ਨੂੰ ਕੋਈ ਰਾਹ ਹੋਰ ਵੀ ਜਾਂਦਾ ਹੋਏ, ਜਦੋਂ ਉਹਦੇ ਕੋਈ ਰਾਹ ਨਹੀਂ ਲੱਭਾ ਫਿਰ ਇਹਨਾਂ ਜਾ ਕੇ ਗੁਆਂਢ ਤੋਂ ਇੱਕ ਪੌੜੀ ਲੈ ਕੇ ਆਏ ਨੇ ਬਾਂਸਾਂ ਵਾਲੀ, ਉਹ ਫਿਰ ਇਹਨਾਂ ਸਾਈਡ 'ਤੇ ਲੱਗ ਕੇ ਉੱਧਰ ਉੱਪਰ ਚੜ੍ਹੇ ਆ, ਫਿਰ ਉੱਪਰੋਂ ਤੋੜ ਕੇ ਇਹਨਾਂ ਗੋਲਕ ਲਿਆਂਦੀ ਚੁੱਕ ਕੇ। ਕਿੰਨੇ ਵਜੇ ਘੜਾ, ਕਿੰਨੇ ਬੰਦੇ ਜੀ? ਇਹ ਸਾਹਮਣੇ ਤੇ ਕੈਮਰੇ ਤੇ ਦੋ ਬੰਦੇ ਆਏ ਆ, 1:45 ਤੋਂ ਆ ਗਏ, ਪਹੁੰਚ ਗਏ ਸੀ ਆਪਣੀ ਕਰਨ ਲੱਗ ਪਏ ਸਾਰੀ ਕਾਰਵਾਈ। ਮੂੰਹ ਬੰਨੇ ਇਹਨਾਂ ਨੇ? ਹਾਂ, ਮੂੰਹ ਬੰਨ ਕੇ ਰੱਖੇ ਦੋਵਾਂ ਨੇ। ਕਿੰਨੇ ਕੁ ਦੀ ਚੋਰੀ, ਗੁਲ ਚ ਕਿੰਨੇ ਕੁ ਦੀ ਮਾਇਆ ਗਈ? ਕੋਈ 25-30 ਦੇ ਲੱਗ ਚੱਕੇ, 25-30 ਹਜ਼ਾਰ ਹੋਏਗਾ। ਕੋਈ ਆਸ ਪਾਸ ਹੋਰ ਵੀ ਦੁਕਾਨ ਦੁਕਾਨ ਵੀ ਕੀਤੀ ਇਹਨਾਂ ਨੇ? ਹਾਂਜੀ, ਲਾਗੇ ਇੱਕ ਦੁਕਾਨ ਹੈ ਕੋਲੇ ਵਾਲੀ ਮਹਿਤਾ ਸਾਹਿਬ ਦੀ, ਉਹ ਵੀ ਅੰਦਰ ਗਏ ਆ, ਉਹਨਾਂ ਦੇ ਤਾਲੇ ਤੋੜੇ ਆ, ਕੁਝ ਭਾਣ ਭੂਣ ਪਿਆ ਸੀ ਉਹ ਲੈ ਕੇ ਚੁੱਕ ਕੇ ਲੈ ਗਏ ਜੋ ਜਲਦੀ ਵਿੱਚ ਲੱਭਾ ਉਹਨਾਂ ਨੂੰ। ਕਿੰਨਾ ਸਮਾਂ ਲੱਗੇ ਰਹੇ ਇੱਥੇ? ਘੱਟੋ ਘੱਟ ਇਹ 20-25 ਮਿੰਟ ਦਾ ਹੀ, 10-15 ਮਿੰਟ। ਤੁਸੀਂ ਪੁਲਿਸ ਨੂੰ ਕੰਪਲੇਂਟ ਵਗੈਰਾ ਕੀਤੀ ਹੈ ਕੋਈ ਹੁਣ? ਹਾਂਜੀ ਹਾਂਜੀ, ਪੁਲਿਸ ਆ ਗਈ ਸਵੇਰੇ, ਸਾਰੀ ਲੈ ਗਏ ਸੀਟੀ ਜਿੰਨੀ ਹੋ ਗਈ ਆਪਣਾ ਮੂਵੀ ਆਪਣੀ ਕੱਢ ਕੇ। ਸੀਸੀਟੀਵੀ ਰਿਕਾਰਡ ਹੋਏ? ਹਾਂਜੀ ਹਾਂਜੀ। ਪਛਾਣ ਹੋਈ ਭਾਈ ਉਹਨਾਂ ਦੀ ਤੁਹਾਨੂੰ? ਨਹੀਂ ਅਜੇ ਪਛਾਣ ਕੋਈ ਨਹੀਂ ਹੋਈ। ਕੀ ਮੰਨਦੇ ਇਹੋ ਜਿਹੇ ਚੋਰ ਆ ਜਿਹੜੇ ਨੇ ਗੁਰੂ ਘਰ ਨੂੰ ਬਖਸ਼ਦੇ ਹੈਗੇ? ਦੇਖੋ ਜੀ, ਅਸੀਂ ਤਾਂ ਇਹੋ ਕਹਿੰਦੇ ਵੀ ਕੰਮ ਮਾੜਾ ਕੀਤਾ ਉਹਨਾਂ ਨੇ, ਬਾਕੀ ਸ਼ਹਿਰ ਉਹਨਾਂ ਜ਼ਿਆਦਾ ਲੋੜ ਹੋਏਗੀ ਪੈਸਿਆਂ ਦੀ ਜਿਹੜੇ ਆ ਕੇ ਲੈ ਗਏ ਆ, ਅਤੇ ਇੱਦਾਂ ਹੋਣਾ ਨਹੀਂ ਚਾਹੀਦਾ ਕਿਉਂਕਿ ਗੁਰੂ ਘਰ ਸਭ ਦੇ ਸਾਂਝੇ ਨੇ, ਇੱਦਾਂ ਨਹੀਂ ਕਰਨਾ ਚਾਹੀਦਾ। ਕੀ ਮੰਗ ਪੁਲਿਸ ਪ੍ਰਸ਼ਾਸਨ? ਇਹੋ ਕਹਿੰਦੇ ਵੀ ਉਹਨਾਂ ਨੂੰ ਫੜ ਕੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਵੀ ਅੱਗੇ ਤੋਂ ਇਹ ਕਰਮ ਨਾ ਕਰਨ ਗੁਰੂ ਘਰ ਵਿੱਚ, ਖਾਸ ਕਰਕੇ ਕਿਉਂਕਿ ਗੁਰੂ ਘਰ ਸਾਹਿਬ ਦਾ ਸਾਂਝਾ ਹੈ, ਇੱਥੇ ਨਹੀਂ ਹੋਣੇ ਚਾਹੀਦਾ ਇਹੋ ਕਰਮ। ਰਾਤ ਨੂੰ ਕੋਈ ਟ੍ਰੈਫਿਕ ਵਗੈਰਾ ਪੁਲਿਸ ਵਿੱਚ ਲਾਈ ਗਈ ਜਾਂ ਕਿੱਦਾਂ? ਨਹੀਂ, ਟ੍ਰੈਫਿਕ ਪੁਲਿਸ ਗੇੜਾ ਮਾਰਦੀ ਹੈ, ਕੋਈ ਵਿੱਚ ਮਾਰ ਜਾਂਦੀ ਇੱਕ ਅੱਧਾ ਗੇੜਾ, ਅਤੇ ਬਾਅਦ 'ਚ ਉਹ ਇੱਕ ਥਾਂ ਨਹੀਂ ਨਾ ਖਲੋਂਦੇ, ਫਿਰ ਗੇੜਾ ਰੋਡ ਤੋਂ ਕੱਢ ਜਾਂਦੇ